ਮਾਰੀ ਤਾਂ ਮੈਨੂੰ ਜੋ ਕੰਜਰਾਂ ਨੇ ਥੋੜੀ ਤਾਂ ਉਹ ਥੱਲੇ ਆਏ ਹੋਏ ਮਾਰੀ ਤਾਂ ਬਸ ਮਕੈਨਿਕ ਆਇਆ ਨਾ ਫਲਾਤੂ ਜੀ ਫਲਾਤੂ ਜੀ ਮੈਂ ਆਇਆ ਵਾਪਸ ਤੇ ਦੋ ਮਿਲੇ ਮੈਨੂੰ ਕਾਰੀਗਰ ਆਇਆ ਹੈ ਦੋ ਸ਼ਿਕਾਰੀ ਚਲੋ ਤਾਂ ਤਾਂ ਜਿਹੜੇ ਮੇਰੇ ਦਿਖਾ ਦੇ ਵੀਡੀਓ ਉਹਨਾਂ ਨੇ ਸਮਝ ਜਾਣਾ ਵੀ ਕੁਥੋਂ ਰਾਮ ਰਾਮ ਬੜਕਾ ਜੀ ਕਿਆ ਹਾਲ ਚਾਲ ਹੈ ਸਾਰਿਆਂ ਦਾ ਹੁਣ ਮੈਂ ਸੁੱਤੇ ਉੱਠਿਆ ਤਾਂ ਹੁਣ ਮੈਂ ਪਹਿਲੇ ਪੁੱਟਣੇ ਨੂੰ ਆਲੂਆਂ ਦਾ ਕੰਮ ਪਿਆ ਮੈਂ ਕਿਹਾ ਚਲੋ ਆਲੂ ਉਲੂ ਪੁੱਟੀ ਲਈਏ ਬਥੇਰਾ ਥੋੜੇ ਕਹਿਣ ਲੱਗੇ ਮੈਂ ਚਲੋ ਪੁੱਟੀ ਲੈਂਦੇ ਫਿਰ ਹੀ ਨਹਾਉਣਾ ਹੈ ਧੋਣਾ ਹੈ ਲੋਹੜੀ ਜਿਹੜਾ ਦਿਨ ਹੈ ਚਲੋ ਮੈਂ ਕਿਹਾ ਨਹਾ ਲੈਂਦੇ ਇਹਨਾਂ ਸਰਦੀਆਂ ਨੂੰ ਉੱਤੇ ਨਹੀਂ ਬੁਰਾ ਹਾਲ ਹੈ ਠੰਡ ਬੜੀ ਲੱਗਦੀ ਕੀ ਕਰੀਏ ਹੋਰ ਜੀ ਤਾਂ ਦਿਨੇ ਦੀ ਸ਼ੁਰੂਆਤ ਹੋਈ ਆਲੂ ਗੁੱਡਣੇ ਤੋਂ ਆਲੂ ਗੁੱਡਣੇ ਸੋਰੀ ਆਲੂ ਪੁੱਟਣੇ ਤੋਂ ਪੁੱਟਣਾ ਲੱਗੇ ਹੈ ਲਾਏ ਪਹਿਲਾਂ ਹੁਣ ਉਲੂ ਨਿਕਲਾ ਦੇਣੇ ਪੁੱਟਾਣੇ ਆ ਸਾਰੇ ਬਥੇਰਾ ਪਿਆ ਜਾਂ ਪੁੱਟਣੇ ਨੂੰ ਪਿੱਛੇ ਤੱਕ ਮੈਂ ਕਿਹਾ ਪੁੱਟੀ ਲੈਂਦੇ ਹਾਂ ਹੈ ਨਾ ਫਿਰ ਚੱਲਣੇ ਹੌਲੀ ਹੌਲੀ ਅੱਗੇ ਬਾਕੀ ਕੰਮ ਕਰਨੇ ਦੇਣੇ ਇੱਥੋਂ ਸ਼ੁਰੂਆਤ ਕੀਤੀ ਹੈ ਪੁੱਟਣੇ ਦੀ ਥੋੜ੍ਹੇ ਥੋੜ੍ਹੇ ਨਿਕਲਾ ਦੇਣ ਹੈਗੀ ਹੈ ਮਿਕਸ ਘਾਲਾ ਮਾਲਾ ਇਹ ਅਜੇ ਸਾਰੇ ਹੀ ਪਿਆ ਖਲਾਰਾ ਪੁੱਟਣੇ ਨੂੰ ਇਹ ਪੁੱਟਣਾ ਹੈ ਫਿਰ ਉਹ ਹਲਦੀ ਲੱਗੀ ਹੈ ਹਲਦੀ ਪੁੱਟਣੀ ਹੈ ਹਲਦੀ ਵੀ ਇਹ ਥੋੜ੍ਹੀ ਠੀਕ ਠਾਕ ਹੀ ਹੈ ਪਰ ਚਲੋ ਹੈ ਮਾੜਾ ਮੋਟਾ ਦਾਲ ਫੁਲਕਾ ਲਓ ਬੜਕਾ ਜੀ ਇਹ ਖੱਡਾ ਪਰੇ ਦਾ ਮਾਹੌਲ ਧੁੰਦ ਘਟੀ ਹੈ ਥੋੜ੍ਹੀ ਕੁ ਧੁੱਪ ਵੀ ਲੱਗੀ ਹੈ ਨਿਕਲਣ ਦੇਖੋ ਉਹ ਲੱਗੀ ਹੈ ਕਮਾਂਦ ਅਤੇ ਲੱਗੀ ਹੈ ਨਰੇਗਾ ਰਸਤਾ ਬਣਾ ਹੋਇਆ ਬੜਾ ਸੋਹਣਾ ਅਤੇ ਮੈਂ ਚੱਲਿਆ ਇੱਧਰ ਮੈਲ ਲੈਣ ਇਹ ਦੇਖਾ ਜੀ ਪਛਾਣੇ ਬੜਕਾ ਭਾਈ ਉਹ ਹੀ ਨਾ ਆਸਟ੍ਰੇਲੀਆ ਮੈਚ ਦਾਣੇ ਵਾਲੇ ਇਹ ਦੇਖੀ ਲਿਆ ਸਪਰੇਆਂ ਉਹਦੀਆਂ ਕੰਮ ਨਿਕਲ ਲੱਗਿਆ ਠੰਡੂ 'ਚ ਤੁਸੀਂ ਸਾਰੇ ਅੱਗਾਂ ਸੇਕਾਂ ਦੇ ਉੱਤੇ ਦੇਖੀ ਲਓ ਜ਼ਿਮੀਦਾਰ ਕੀ ਕੰਮ ਕਰਦਾ ਹਾਂ ਠੰਡੂ 'ਚ ਇਹ ਦੇਖੋ ਜੀ ਇਹ ਲੱਗੀ ਹੈ ਸਬਜ਼ੀ ਹੁਣ ਸਬਜ਼ੀ ਉੱਪਰ ਮੁੜੀ ਕੇ ਇੱਕ ਪੂਰਾ ਵਲੋਗ ਬਣਾ ਕੇ ਜੀ ਪਿਛਲੀ ਵਾਰੀ ਬਣਾਇਆ ਮੈਂ ਅੱਜ ਹੈ ਕਿਹਾ ਸਬਜ਼ੀ ਹੋਈ ਨਹੀਂ ਖਰੀ ਤਰ੍ਹਾਂ ਜਿਲ੍ਹਾ ਹੋਈ ਜਾਂਗੀ ਪੂਰੀ ਤਾਂ ਫਿਰ ਹੀ ਬਣਾਉਂਗਾ ਮੈਂ ਪੂਰਾ ਵਲੋਗ ਬੜੀ ਠੰਡੀ ਹਵਾ ਚੱਲੀ ਹੈ ਹੋਏ ਹੋਏ ਦੇਖੀ ਲਓ ਇੰਨੀ ਠੰਡੂ 'ਚ ਲੱਗੇ ਨਾ ਅਗਲੇ ਸਾਰੇ ਕੰਮ ਮੰਮੀ ਆਇਆ ਹਾਂ ਮੈਲੇ ਹੀ ਬੋਰੀ ਲੈਣ ਮੈਂ ਕਿਹਾ ਚਲੋ ਜੀ ਮੈਂ ਆਇਆ ਵਾਪਸ ਤੇ ਦੋ ਮਿਲੇ ਮੈਨੂੰ ਕਾਰੀਗਰ ਆਇਆ ਹੈ ਦਰਦ ਮਿਲਣ ਵਾਪਸ ਆਉਂਦੇ ਤੇ ਇੱਧਰ ਬੜੇ ਬੜੇ ਕਾਰੀਗਰ ਬੈਠੇ ਨਾ ਇੱਥੇ ਕ੍ਰੇਟ ਪੋਰੇ ਨੇ ਬੜੇ ਸੋਹਣੇ ਸੋਹਣੇ ਆਇਆ ਹੈ ਕ੍ਰੇਟ ਤੁਹਾਨੂੰ ਪਤਾ ਹੀ ਹੋਣਾ ਦੇਸੀ ਭਾਸ਼ਾ 'ਚ ਕੀ ਹੁੰਦੇ ਨੇ ਇਹ ਲਾਲਾ ਜੀ ਸਮਾਈਲ ਕਰਿਓ ਜਰਾ ਰਹਾ ਨਹੀਂ ਜਾਤਾ ਤੜਪ ਲਓ ਜੀ ਇਹਨੇ ਕ੍ਰੇਟ ਬਣਾਉਣੇ ਜਿਹੜੇ ਸਾਡੇ ਕਾਰੀਗਰ ਸਾਹਿਬ ਇਹ ਨਾਂ ਕਿਆ ਕਾਰੀਗਰ ਸਾਹਿਬ ਦਾ ਮਦਨ ਲਾਲ ਸਾਹਿਬ ਇਹ ਕਿੱਥੋਂ ਨਾ ਕਾਂਗੜੇ ਤੋਂ ਜੇ ਕੋਈ ਸੰਪਰਕ ਕਰਨਾ ਹੋਵੇ ਇਹਨਾਂ ਨਾਲ ਤਾਂ ਚਲੋ ਤਾਂ ਤਾਂ ਜਿਹੜੇ ਮੇਰੇ ਦਿਖਾ ਦੇ ਵੀਡੀਓ ਉਹਨਾਂ ਨੇ ਸਮਝ ਜਾਣਾ ਵੀ ਕਿੱਥੋਂ ਹੈ ਨਾ ਆਏ ਜਿਹੜਾ ਪੀਲੇ ਦੰਦ ਕੱਢਾ ਬਾਰ ਇਹ ਕਿੱਥੋਂ ਦਾ ਹੈਗਾ ਕਪੂਰਥਲੇ ਦਾ ਕਿਹੜੇ ਥਲੇ ਦਾ ਕਪੂਰਥਲੇ ਥਲੇ ਦਾ ਅੱਛਾ ਕੈਸੇ ਕੈਸੇ ਲੋਕ ਰਹਤੇ ਯਾਰ ਯਹਾਂ ਪਰ ਬੜਕਾ ਜੀ ਮੈਂ ਹੁਣ ਪੁੱਜਿਆ ਜੱਖਵੜੀ ਮੇਰੀ ਹੋਈ ਸੀ ਕੁਹਾੜੀ ਖਰਾਬ ਇੱਕ ਗੁਆਂਢੀਆਂ ਨੇ ਕਰੀ ਧਿਆ ਕਾਂਡ ਉਹਦਾ ਮੈਂ ਕਿਹਾ ਆਏ ਲੋਹਾਰ ਸਾਹਿਬ ਕੋਲ ਹੁਣ ਕੁਹਾੜੀ ਲੋਈ ਆਪਣੀ ਫਿਰ ਚੱਲਣੇ ਆ ਆਇਓ ਬੜੀ ਤਾਂ ਮਿੰਜੋ ਬੜੀ ਤਾਂ ਓਏ ਬੜੀ ਤਾਂ ਮਿੰਜੋ ਇਹ ਨਹੀਂ ਤਰਸ ਖਾਂਦੇ ਹੋ ਕੁਸੀ ਪਰ ਵੀ ਇਨਸਾਨ ਦਿਖਾ ਕੀਆਂ ਦੰਦ ਕੱਢੀ ਕੱਢੀ ਹੱਸਾ ਦੇਣਾ ਮੇਰੀਆਂ ਮੌਤਾਂ ਪਰ ਦਿਖਾ ਕਿੰਨੇ ਮੇਰੇ ਮੋਰਚੇ ਪਾਈ ਤੇ ਨੂੰ ਇਹਨਾਂ ਨੇ ਉਹ ਜੇ ਠੰਡ ਹੋਈ ਤੁਹਾਡੇ ਚੁੱਤਣਾ ਠੰਡ ਲੱਗ ਗਈ ਤਾਂ ਮੇਰਾ ਕੀ ਕਸੂਰ ਇਹਦੇ 'ਚ ਲਿਆ ਤਾਂ ਉੱਥੋਂ ਮੈਂ ਵਾਪਸ ਆਇਆ ਰੇ ਪੁੱਜਿਆ ਅਤੇ ਬੜਕੀਆਂ ਦੋਨਾਂ ਨੇ ਪਾਈਆਂ ਨੋਈਆਂ ਦੁਕਾਨਾਂ ਇੱਧਰ ਇਲੈਕਟ੍ਰੀਸ਼ਨ ਦੀ ਅਤੇ ਇੱਧਰ ਪਲੰਬਰੇ ਦੀ ਜੀ ਸੁਨੀਲ ਬਾਈ ਜੀ ਇਹਨਾਂ ਨੇ ਖੋਲੀ ਹੈ ਨੋਈ ਦੁਕਾਨ ਰੇ 'ਚ ਤੁਹਾਨੂੰ ਪਤਾ ਹੈ ਵੀ ਬਲੌਗਰ ਨੇ ਬਾਈ ਜੀ ਨਾ ਕੀ ਤੁਹਾਡੇ ਚੈਨਲ ਆ ਨਾ ਦੱਸਿਓ ਜੈ ਸ਼ੰਕਰ ਜੀ ਸੁਨੀਲ ਚੌਧਰੀ ਪਹਾੜੀ ਜੀ ਸੁਨੀਲ ਚੌਧਰੀ ਪਹਾੜੀ ਇਹਨਾਂ ਦੇ ਚੈਨਲ ਦਾ ਨਾਂ ਅੱਜ ਕੱਲ੍ਹ ਬਲੌਗ ਹੈ ਮੇਰਾ ਫਰੀ ਪਹਾੜੀ 'ਚ ਜਿਵੇਂ ਤੁਸੀਂ ਗਲਾਉਂਦੇ ਹੋ ਵੀ ਹਿੰਦੀ ਕਹਿੰਦੇ ਪਹਾੜੀ 'ਚ ਬਣਾਉਣਾ ਚਾਹੀਦਾ ਤਾਂ ਦੇਖੋ ਜੀ ਧੁੰਦ ਨਿਗਰ ਪਈ ਹੈ ਕਹਿੰਦੇ ਅੱਗ ਸੇਕਾ ਦੇਣ ਸਾਰੇ ਲਓ ਜੀ ਸਾਡੇ ਰੇ ਦੇ ਬੜੇ ਖਾਸ ਦੇ ਖਾਸਮ ਖਾਸ ਮਕੈਨਿਕ ਆਏ ਨੇ ਫਲਾਤੂ ਜੀ ਫਲਾਤੂ ਜੀ ਕਿਆ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ
ਇੱਧਰ ਹੈ ਸੁਨੀਲੀ ਦੁਕਾਨ ਤੇ ਇੱਧਰ ਨਾਲ ਹੀ ਇੱਕ ਹੋਰ ਨਵੀਂ ਖੁੱਲੀ ਹੈ ਸਾਡੇ ਛੋਟੇ ਭਰਾ ਦੀ। ਕੀ ਨਾਮ ਬੜਕੇ ਆਪਣਾ? ਮੇਰੇ ਨਾਮ ਹੈ ਕਾਦਰ। ਕਾਦਰ ਖਾਨ? ਵਾਹ ਕਾਦਰ ਖਾਨ ਸਾਹਿਬ। ਹਾਂ ਪਲੰਬਰ ਨਹੀਂ ਕਾਦਰ ਖਾਨ ਲਾਉਣਾ ਸੀ ਤੁਹਾਡੇ ਨਾਂ ਅੱਗੇ, ਠੀਕ ਹੈ। ਇਹ ਹੈ ਜੀ ਸਾਡੀ ਰੇਹ ਦੀ ਛੋਟੀ ਜਿਹੀ ਮਾਰਕੀਟ, ਤਾਂ ਮੇਰੀ ਭਾੜੀ ਇਹੋ ਜਿਹੀ ਹੈ, ਤੁਹਾਨੂੰ ਪਤਾ ਹੀ ਹੈ ਫਿਰ। ਹੈ ਕਿੰਨੇ ਨਿਰਦਈ ਹੋਈ ਹੈ ਸਾਰੇ ਹੈ, ਪਹਿਲੇ ਉੱਥੇ ਮੇਰੇ ਭਾਊ ਤੋਂ ਵੱਡੇ ਆ, ਹੁਣ ਮੰਜੋ ਲੱਗੇ ਪਏ ਨੇ ਵੱਡਣ ਦੇਖਾ ਹੈ, ਫੋਨਾਂ 'ਚ ਲੱਗੇ ਸਾਰੇ, ਕਰੀ ਹੱਸਾ ਦੇਣ ਲੱਗੇ ਖੜੋਈ ਖੜੋਈ ਕੇ। ਉਹ ਕੋਈ ਤਰਸ ਨਹੀਂ ਖਾਂਦਾ ਸਾਡੇ ਪਰ, ਸਾਰੇ ਅੱਗਾਂ ਸੇਕਣੇ ਦੇ ਚੱਕਰੇ 'ਚ ਸਾਂਝੋ ਵੱਡੀ ਵੱਡੀ ਛਿੱਲੀ ਛਿੱਲੀ ਫੁੱਕੀ ਆ ਦੇਣ ਹੈ। ਕੈਸੇ ਕੈਸੇ ਲੋਕ ਰਹਤੇ ਯਾਰ ਯਹਾਂ ਪਰ, ਅਸਾਂ ਵੀ ਲੱਗਦੇ ਹੱਥ ਸੇਕੀ ਲਈ ਅੱਗ ਥੋੜ੍ਹੀ ਕੁ, ਚਲੋ ਤਾਂ ਫਿਰ ਮੈਂ ਲਿਆ, ਚਲੋ ਚਲੀ ਪਾਉਂਦੇ ਹਾਂ ਹੁਣ ਕਰ ਜੀ। ਤਾਂ ਫਾਈਨਲੀ ਅੱਜ ਬਣਾਏ ਲਈ ਉਹ ਲੋਹੜੀ ਅਸੀਂ ਹੈ, ਸਾਹਾਂ ਦੀ ਲੋਹੜੀ ਹੋਈ ਹੁਣ ਤਾਂ, ਤੁਹਾਡੀ ਲੋਹੜੀ ਕਦੇ ਰਹੀ ਦੱਸਿਓ ਜ਼ਰੂਰ, ਨਾਲੇ ਮਾੜੇ ਵੀਡੀਓ ਖਰੀ ਲੱਗਦੀ ਤਾਂ ਸ਼ੇਅਰ ਕਰੀ ਦਿਆ ਕਰੋ ਦੂਜਿਆਂ 'ਚ ਵੀ ਹੈ। ਥੈਂਕ ਯੂ।